ਆਪਣੇ ਮਾਪਿਆਂ ਦੇ ਨਾਲ ਜਾ ਰਹੀ ਮਾਸੂਮ ਬੱਚੀ ਦਾ ਚਾਈਨਾ ਡੋਰ ਨੇ ਗਲ ਵੱਢ ਦਿੱਤਾ, ਜਿਸ ਕਰਕੇ ਮੌਕੇ ਤੇ ਹੀ ਬੱਚੀ ਦੀ ਜਾਨ ਚਲੀ ਗਈ। ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਆਪਣੇ ਮਾਪਿਆਂ ਦੇ ਨਾਲ 6 ਸਾਲ ਦੀ ਮਾਸੂਮ ਬੱਚੀ ਬਾਈਕ ਤੇ ਸਵਾਰ ਹੋ ਕੇ ਜਾ ਰਹੀ ਸੀ। ਜਿਉਂ ਹੀ ਇਹ ਫਲਾਈਓਵਰ ਚੜ੍ਹਨ ਲੱਗੇ ਤਾਂ ਚਾਈਨਾ ਡੋਰ ਮਾਸੂਮ ਬੱਚੀ ਦੇ ਗਲ ਦੇ ਨਾਲ ਖਹਿ ਗਈ। ਮੌਕੇ ਤੇ ਹੀ ਉਸਦੀ ਸਾਹ ਵਾਲੀ ਨਾਲੀ ਕੱਟੀ ਗਈ ਔਰ ਉਸਦੀ ਮੌਤ ਹੋ ਗਈ। ਦੱਸਦੀ ਹੈ ਕਿ ਘਰ ਦੇ ਵਿੱਚ ਸੱਥਰ ਵਿੱਚ ਗਿਆ। ਮਾਸੂਮ ਬੱਚੀ ਜਿਸਦੀ ਉਮਰ 6 ਸਾਲ ਦੀ ਸੀ, ਜਾਨਲੇਵਾ ਚਾਈਨਾ ਡੋਰ ਦੇ ਨਾਲ ਉਸ ਬੱਚੀ ਦੀ ਮੌਤ ਹੋ ਗਈ ਔਰ ਪੀੜਤ ਮਾਪਿਆਂ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਕਿ ਇਸ ਜਾਨਲੇਵਾ ਡੋਰ ਨੂੰ ਬੰਦ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਦਾ ਪੁੱਤ ਧੀ ਇਸ ਦੇ ਜਾਲ ਵਿੱਚ ਨਾ ਫਸੇ। ਤਾਂ ਦੱਸਦੀ ਹੈ ਕਿ ਜਾਨਲੇਵਾ ਡੋਰ ਨੇ ਮਾਸੂਮ ਬੱਚੀ ਦਾ ਗਲ ਵੱਢ ਦਿੱਤਾ। ਮਾਤਾ ਪਿਤਾ ਦੇ ਸਾਹਮਣੇ 6 ਸਾਲ ਦੀ ਬੱਚੀ ਦੀ ਜਾਨ ਨਿਕਲ ਗਈ। ਦੱਸਦੀ ਹੈ ਕਿ ਆਪਣੇ ਰਿਸ਼ਤੇਦਾਰ ਦੇ ਘਰ ਗਏ ਸੀ, ਜਿਉਂ ਹੀ ਵਾਪਸ ਪਰਤੇ ਫਲਾਈਓਵਰ ਚੜ੍ਹਨ ਲੱਗੇ ਤਾਂ ਅੱਗੇ ਚਾਈਨਾ ਡੋਰ ਆ ਗਈ ਔਰ ਇਹ 6 ਸਾਲ ਦੀ ਮਾਸੂਮ ਬੱਚੀ ਦੇ ਗਲ ਦੇ ਨਾਲ ਖਹਿ ਗਈ। ਸਾਹ ਵਾਲੀ ਨਾਲੀ ਕੱਟਣ ਕਰਕੇ ਮੌਕੇ ਤੇ ਹੀ ਇਸ ਬੱਚੀ ਦੀ ਮੌਤ ਹੋ ਗਈ। ਅੰਮ੍ਰਿਤਸਰ ਦੇ ਦੀਨ ਦਿਆਲ ਕਲੋਨੀ ਦਾ ਇਹ ਪੂਰਾ ਮਾਮਲਾ ਹੈ। ਹਾਂਜੀ ਹਾਂਜੀ, ਮੇਰੇ ਅੱਗੇ ਬੈਠੀ ਫਲਾਈਓਵਰ ਵਾਲੇ ਚੜ੍ਹੇ ਉੱਪਰ ਇੱਕਦਮ ਡੋਰ ਆਈ। ਕਿਹੜੀ ਜਗ੍ਹਾ ਤੁਸੀਂ ਵਖਿਆ? ਇਹ ਜੀ ਸੈਲੀਬ੍ਰੇਸ਼ਨ ਮਾਲ ਦੇ ਲੱਗੇ ਜੀ। ਅੱਛਾ ਜੀ। ਉੱਥੋਂ ਮੈਂ ਚੜ੍ਹ ਰਿਹਾ ਸੀ ਤੇ ਬਿਲਕੁਲ ਹੌਲੀ ਸਲੋ ਸੀ, ਉੱਥੇ ਡੋਰ ਫਿਰੀ ਤੇ ਉਸ ਵੇਲੇ ਮੌਕੇ 'ਤੇ ਮੌਤ ਹੋ ਗਈ। ਤੁਸੀਂ ਹੋਸਪਿਟਲ ਲੈ ਗਏ? ਹਾਂਜੀ, ਹੋ ਗਏ। ਵਿਜੇ ਨਗਰ ਹੋਸਪਿਟਲ ਹੈ, ਪਲਸ, ਉਹਦੇ 'ਚ ਗਏ। ਡਾਕਟਰਾਂ ਨੇ ਕੀ ਕਿਹਾ ਮੌਕੇ? ਡਾਕਟਰਾਂ ਨੇ ਉਸ ਵੇਲੇ ਕਿਹਾ ਕਿ ਖਤਮ ਹੋ ਗਈ ਹੈ ਜੀ। ਮੈਂ ਲੇਬਰ ਦਾ ਹੀ ਕੰਮ ਕਰਦਾ ਜੀ। ਸਭ ਤੋਂ ਛੋਟੀ ਬੱਚੀ? ਹਾਂਜੀ, ਸਭ ਤੋਂ ਮੇਰੇ 4 ਬੇਟੀਆਂ ਹੈ, ਸਭ ਤੋਂ ਛੋਟੀ। ਕੀ ਪ੍ਰਸ਼ਾਸਨ ਤੋਂ ਹੁਣ ਮੰਗ ਕਰਦੇ ਜੀ? ਮੰਗ ਇਹੀ ਹੈ ਜੀ, ਕਹਿ ਰਹੇ ਹਾਂ ਵੀ ਅੱਗੇ ਨਾ ਕਿਸੇ ਦਾ, ਸਾਡਾ ਤਾਂ ਚਲੋ ਚਲੇ ਗਿਆ ਪਰ ਕਰਦੇ ਨਹੀਂ ਹੈ। ਇਹ ਇੱਥੇ ਪੁਲ ਦੇ ਉੱਪਰ ਹੀ ਬਹੁਤ ਚਾਂਸ ਹੋਇਆ, ਇੱਥੇ ਵੱਲੇ ਹੋਇਆ ਕੱਲ੍ਹ, ਉੱਥੇ ਪੁਲਿਸ ਵੀ ਲਾਗੇ ਖੜੀ ਹੈ, ਥਾਣਾ ਵੀ ਲੱਗ ਗਿਆ ਜੀ, ਪਰ ਉੱਥੇ ਕੋਈ ਡੱਕਦਾ ਹੀ ਨਹੀਂ। ਵੱਲੇ ਵੀ ਰੋਡ ਦੇ ਉੱਤੇ ਡੋਰਾ ਹੀ ਫਿਰੀ, ਉਹ ਮੁੰਡਾ ਮਰ ਗਿਆ। ਡੋਰ ਤੇ ਬੰਦ ਕਰਤੀ ਪੂਰੀ ਤੌਰ ਤੇ? ਨਹੀਂ ਹੋਈ, ਜੇ ਬੰਦ ਹੋ ਜਾਂਦੀ ਤਾਂ ਇੱਕ ਹੁੰਦਾ ਜੀ, ਅਸੀਂ ਡੋਰਾ ਵਿਖਾ ਸਕਦੇ ਹਾਂ। ਅਤੇ ਸਰ ਇੱਥੇ ਜੇ ਪਹੁੰਚੇ ਨੇ ਆਮ ਆਦਮੀ ਪਾਰਟੀ ਵਾਲੇ ਵੀ ਪਹੁੰਚੇ ਨੇ, ਸਾਡੀ ਆਪਣਾ ਵਾਰਡ ਦੇ ਨਵਦੀਪ ਸਿੰਘ ਹੁੰਦਲ ਕੌਂਸਲਰ ਜੋ ਹੈ ਉਹ ਵੀ ਆਏ ਨੇ, ਆਪਣੀ ਟੀਮ ਨੂੰ ਇੱਥੇ ਪਹੁੰਚੇ ਆ ਲੈਣ ਕੇ। ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਜਿੱਥੇ ਤੱਕ ਹੋ ਸਕਦਾ ਹੈ ਕਿ ਅਸੀਂ ਆਪਣਾ ਇਹਨਾਂ ਦੀ ਹੈਲਪ ਕਰਾਂਗੇ, ਜੋ ਵੀ ਜਿੱਥੇ ਤੱਕ। ਅੱਜ ਵੀ ਹੁਣ ਵੀ ਮੈਨੂੰ ਫੋਨ ਆਇਆ ਅਤੇ ਕਹਿੰਦੇ ਮੈਡਮ ਅਸੀਂ ਜਿੱਥੇ ਤੱਕ ਮੈਂ ਕੋਸ਼ਿਸ਼ ਕਰ ਰਿਹਾ ਮੈਂ ਇਹਨਾਂ ਦੀ ਹੈਲਪ ਕਰ ਸਕਾਂ। ਅਤੇ ਬਾਕੀ ਸਰ ਕੀ ਕਹਿੰਦੇ, ਇਹ ਤਾਂ ਸਾਰੇ ਦਾਵਾ ਕਰਦੇ ਨੇ, ਅੱਜ ਦਿਨ ਤੱਕ ਕਹਿੰਦੇ ਭਗਵੰਤ ਮਾਨ ਹੈ, ਮੈਂ ਉਹ ਕਰ ਦੂੰਗਾ ਵੋ ਕਰ ਦੂੰਗਾ, ਅੱਜ ਤੱਕ ਕੋਈ ਵੀ ਕੰਮ ਨਹੀਂ ਹੋਇਆ, ਕੋਈ ਨਸ਼ਾ ਨਹੀਂ ਬੰਦ ਹੋਇਆ, ਕੋਈ ਕੰਮ ਨਹੀਂ ਹੋਇਆ ਇੱਥੇ। ਅਤੇ ਸਾਨੂੰ ਹੋਰ ਬੇਨਤੀ ਨਹੀਂ ਹੈ, ਇਹ ਬੱਚੀ ਗਈ ਹੈ, ਹੱਸਦਾ ਖੇਡਦਾ ਪਰਿਵਾਰ ਸੀ ਜਿਹੜਾ ਕੀ ਕਹਿੰਦੇ ਉਹ ਜਾਣਾ ਹੀ ਹੈ ਇੱਕ ਕਿਸਮ ਦਾ, ਜਿਹੜਾ ਬੱਚਾ ਘਰੋਂ ਚਲਾ ਗਿਆ, ਇਹਨਾਂ ਦੀ ਘਾਟ ਤਾਂ ਪੂਰੀ ਨਹੀਂ ਹੋ ਸਕਦੀ। ਹਾਂਜੀ, ਨਾ ਬਦਲਾਵ ਇਹ ਕਹਿੰਦੇ ਸੀ ਜੀ ਬਦਲਾਵ ਆਉਣਾ ਚਾਹੀਦਾ ਬਦਲਾਵ, ਪਰ ਇਸ ਬਦਲਾਵ ਨੇ ਕੁਛ ਨਹੀਂ ਕੀਤਾ, ਆ ਕੇ ਅੱਜ ਦਿਨ ਤੱਕ ਨਹੀਂ ਕੋਈ ਗੱਲ ਨਹੀਂ ਕੀਤਾ, ਜਾਂ ਯਾਨੀ ਕਿ ਜੋ ਬਣਿਆ ਸੀ ਉਹ ਵੀ ਇਹਨਾਂ ਨੇ ਤੋੜ ਫੋੜ ਕਰ ਛੱਡਿਆ, ਇਹਨਾਂ ਨੇ ਹੋਰ ਕੀ ਕਰਨਾ। ਅਤੇ ਸਾਡੀ ਬੇਨਤੀ ਇਹੀ ਹੈਗੀ ਹੈ, ਇਹ ਚਾਈਨਾ ਡੋਰ 'ਤੇ ਲਗਾਉਣੀ ਚਾਹੀਦੀ ਹੈ, ਲਗਾਮ ਲਗਾਉਣੀ ਚਾਹੀਦੀ ਹੈ, ਕਿਉਂਕਿ ਇਹ ਅੱਜ ਇੱਕ ਨੇ ਕੋਈ ਅੱਜ ਤੱਕ ਕਈ ਵਾਰ ਸੁਣਿਆ ਕਿ ਬੇਟੀ ਕੋਈ ਕਿਸੇ ਦੀ ਬੇਟੀ ਐਕਟਿਵਾ 'ਤੇ ਜਾ ਰਹੀ ਹੈ ਉਹਦੇ ਡੋਰ ਫਿਰ ਗਈ ਜੀ, ਉਹਦੀ ਆਪਣਾ ਡੈਥ ਹੋ ਗਈ ਆ। ਕਈ ਵਾਰ ਮੁੰਡਿਆਂ ਦੀ ਬੱਚਿਆਂ ਦੀ ਸੁਣਿਆ, ਨੌਜਵਾਨ ਬੱਚੇ ਚਲੇ ਗਏ, ਕਈ ਵਾਰ ਇਹ ਹੋਇਆ। ਅਤੇ ਮੇਰੀ ਬੇਨਤੀ ਹੈ ਕਿ ਸਰਕਾਰ ਅੱਗੇ ਕਿ ਹਾਂ ਇਸ ਚਾਈਨਾ ਡੋਰ ਨੂੰ ਬੰਦ ਕੀਤਾ ਜਾਵੇ। ਅਤੇ ਬਹੁਤ ਨਾਈਸ ਪਰਿਵਾਰ ਹੈ, ਆਪਣੀਆਂ ਬੇਟੀਆਂ ਵੀ ਇਹਨਾਂ ਬੇਟਿਆਂ ਵਾਂਗ ਹੀ ਪਾਲੀਆਂ ਨੇ, ਪਰ ਇਹ ਥੋੜ੍ਹੀ ਪਤਾ ਹੀ ਘਰੋਂ ਹੱਸਦੇ ਖੇਡਦੇ ਗਏ ਨੇ।
ਅਤੇ ਚੰਗੀ ਭਲੀ ਗਈ ਬੇਟੀ ਨੂੰ ਖੂਨੋ ਖੂਨ ਲੈ ਕੇ ਆਏ ਜੇ ਹੱਥਾਂ ਦੇ ਵਿੱਚ ਅਤੇ ਚਾਈਨਾ ਡੋਰ ਸਾਡੀ ਤਾਂ ਇਹੋ ਹੀ ਹੋਆ ਹੁੰਗਾਰ ਕਿ ਇਹ ਜਿਹੜੀ ਚਾਈਨਾ ਡੋਰ ਹੈ ਨਾ ਪਲੀਜ਼ ਅਸੀਂ ਹੱਥ ਜੋੜ ਕੇ ਸਾਰਿਆਂ ਅੱਗੇ ਰਿਕੁਐਸਟ ਕਰਦੇ ਹਾਂ ਕਿ ਪਲੀਜ਼ ਜੋ ਵੀ ਪ੍ਰਸ਼ਾਸਨ ਹੈ ਨਾ ਸਾਰੇ ਭਗਵੰਤ ਮਾਨ ਅੱਗੇ ਬੇਨਤੀ ਹੈ ਹੱਥ ਜੋੜ ਕੇ ਕਿ ਇਹ ਜਿਹੜੀ ਡੋਰ ਹੈ ਨਾ ਇਹ ਬੰਦ ਹੋਣੀ ਚਾਹੀਦੀ ਹੈ। ਅੱਜ ਇਸ ਬੱਚੀ ਨਾਲ ਇਹ ਹੋਇਆ ਹੈ, ਕੱਲ੍ਹ ਨੂੰ ਹੋਰ ਵੀ ਕਿਸੇ ਨਾਲ ਅੱਗੇ ਵੀ ਕਈਆਂ ਦੇ ਫਾਦਰ ਚਲ ਗਏ ਨੇ, ਕਈਆਂ ਦੇ ਬ੍ਰਦਰ ਚਲ ਗਏ ਨੇ, ਪਰ ਉਹ ਵਾਪਸ ਨਹੀਂ ਨਾ ਆਉਂਦੇ ਹੈਗੇ ਜਿਹੜੇ ਚਲ ਜਾਂਦੇ ਨੇ। ਪਰ ਇਹ ਜਿਹੜੇ ਜਿਹਨੂੰ ਦੁੱਖ ਲੱਗਾ ਹੈ ਉਸ ਪਰਿਵਾਰ ਨੂੰ ਪਤਾ, ਬਾਕੀ ਨਾ ਤੁਸੀਂ ਜਾਣ ਸਕਦੇ ਹੋ ਨਾ ਮੈਂ ਜਾਣ ਸਕਦੀ ਹਾਂ। ਅਤੇ ਸਾਡੀ ਇਹੋ ਹੀ ਹੈਗੀ ਹੈ ਵੀ ਬੇਨਤੀ ਵੀ ਪਲੀਜ਼ 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 ਇਹ ਡੋਰ ਬੰਦ ਕੀਤੀ ਜਾਵੇ। ਸਰਕਾਰ ਦਾ ਹਾਂਜੀ ਆਏ ਹੀ ਆਏ ਨੇ ਇੱਥੇ, ਪਰ ਉਹਨਾਂ ਨੇ ਤੁਹਾਨੂੰ ਪਤਾ ਕੀ ਕਹਿ ਕੇ ਜਾਣਾ ਹੈ, ਕੁਛ ਕਰਦਾ ਤੇ ਕੁਛ ਵੀ ਨਹੀਂ, ਕਹਿ ਕੇ ਜਾਂਦੇ ਨੇ, ਕਰਨਾ ਕੀ ਉਹਨਾਂ ਨੇ।